ਹਨ ਸੁਖਬੀਰ ਜੀ, ਜਿਨ੍ਹਾਂ ਦੀ ਗਾਂ ਨੂੰ ਕੁੱਟ ਕੁੱਟ ਕੇ ਮਾਰ ਗਿਆ, ਇਹਨਾਂ ਦੇ ਘਰ ਦੇ ਹਾਲਾਤ, ਇਹਨਾਂ ਦੇ ਬੱਚੇ? ਮੇਰੇ ਬੱਚੇ ਲਾ ਕੇ ਸੋਚਿਆ ਸੀ, ਇਹਦੀ ਚਾਹ ਨਹੀਂ ਇਹਨਾਂ ਨੇ ਪੀਤੀ ਹੈਗੀ, ਮੇਰੀ ਗਾਂ ਅਜੇ ਘਰ ਤੱਕ ਮਰੀ ਪਈ ਆ, ਕੋਈ ਇਹਨੂੰ ਚੁੱਕਣ ਨਹੀਂ ਗਾ ਹੁੰਦਾ ਹੈਗਾ, ਜੇ ਕੋਈ ਚੁੱਕਣ ਹੁੰਦਾ ਤਾਂ 2000 ਰੁਪਇਆ ਮੰਗਦਾ ਵਾ, ਮੈਂ ਗਰੀਬ ਬੰਦਾ, ਮੈਂ 2000 ਦੇਣਾ ਦਿਹਾੜੀ ਕਰਨ ਵਾਲਾ ਬੰਦਾ ਵਾਂ, ਅਤੇ ਮੈਨੂੰ ਇਹਦਾ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ। ਮੇਰਾ ਨਾਮ ਸੁਖਬੀਰ ਸਿੰਘ ਜੀ, ਪਿੰਡ ਮੇਰਾ ਗੁਰੂ। ਗਾਈ ਕਿੱਦਾਂ ਖੁੱਲ੍ਹ ਕੇ? ਗਾਈ ਕਿੱਦਾਂ, ਗਾਈ ਜਿਹੜੀ ਉਹ ਖੁੱਲ੍ਹ ਕੇ ਅਤੇ ਰਾਤ 10-11 ਵਜੇ, ਚਲੋ ਅਸੀਂ ਸੁੱਤਿਆ ਨਹੀਂ, ਦੇਖਿਆ ਨਹੀਂ ਕਿਹੜੇ ਵਿੱਚ ਚਲ ਗਈ ਆ, ਅਤੇ ਜੇ ਗਾਈ ਚਲ ਗਈ ਹੈ 5:30 ਮੇਰੇ ਘਰ ਆਇਆ, ਮੇਰੇ ਘਰ ਦੇ ਸੁੱਤਿਆ, ਮੈਂ ਇਕੱਲਾ ਉੱਠ ਕੇ ਗਿਆ ਵਾਂ, ਅਤੇ ਜੇ ਮੈਂ ਗਾਈ ਲਿਆਉਣ ਗਿਆ ਤਾਂ ਮੇਰੇ ਜਾਂਦੇ ਨੂੰ ਗਾਈ ਨੂੰ ਕੁੱਟਣ ਲਿਆਏਗਾ, ਅਤੇ ਮੈਂ ਉਹਨੂੰ ਆਖਿਆ ਵੀ ਗਾਈ ਨੂੰ ਨਾ ਮਾਰ, ਗਾਈ ਅੱਗੇ ਮਾੜੀ ਆ ਅਤੇ 2-2.5 ਦੁੱਧ ਦਿੰਦੀ ਆ, ਅਤੇ ਕੀ ਕਰਨਾ ਮਾਰ ਕੇ ਦਿਉਂ, ਅਤੇ ਜੇ ਮੈਂ ਇਹਨੂੰ ਹਟਾਇਆ ਤਾਂ ਇਹਨੇ ਮੇਰੇ 5 ਪੁਰਾਣੀਆਂ ਮਾਰੀਆਂ ਵਾਂ, ਫਿਰ ਮੈਂ ਆਪਣੇ ਘਰ ਆ ਗਿਆ ਵਾਂ, ਗਾਈ ਮਾਂ ਘਰ ਆ ਗਈ ਆ, ਅਤੇ ਕਿੱਲੇ ਦੇ ਬੱਧੀ ਅਤੇ ਗਾਈ ਘੰਟੇ ਬਾਅਦ ਦੇਖ ਕੇ ਮਰ ਗਈ। ਅਸੀਂ ਇਹ ਚਾਹੁੰਦਾ ਵੀ ਮੈਨੂੰ ਇਹਦਾ ਕੋਈ ਇਨਸਾਫ ਹੋਣਾ ਚਾਹੀਦਾ ਵਾ, ਮੇਰੇ ਨਿਆਣੇ ਘਰ ਭੁੱਖੇ ਮੰਡੇ ਆ, ਮੈਨੂੰ ਦੁੱਧਿਆ ਨਹੀਂ ਇੱਕੋ ਗਾਈ ਵੀ। ਹਾਂਜੀ, ਮੈਂ ਆਪਣੇ ਅੱਖੀਂ ਦੇਖਿਆ, ਜਾਗ ਨੂੰ ਹਟਾਇਆ, ਉਹ ਨਹੀਂ ਹਟਦਾ, ਉਹ ਹਟ ਕੇ ਜੇ ਉਹਦੀ ਮਾਤਾ ਨੇ ਆਖਿਆ ਵੀ ਨਾ ਮਾਰ ਗਾਈ ਨੂੰ, ਤੂੰ ਪਰੇ ਹੋ ਜਾ, ਆਪੇ ਲੈਂਗਾ ਆਇਆ ਲੈਣ, ਜੇ ਮੈਂ ਲੈਣ ਫੜੀ ਹੈ ਗਾਈ ਤਾਂ ਇਹਨੇ ਮੇਰੇ 5-7 ਪੁਰਾਣੀਆਂ ਮਾਰੀ। ਅਸੀਂ ਉਹ ਕਹਿੰਦੇ ਵੀ ਸਾਨੂੰ ਇਨਸਾਫ ਚਾਹੀਦਾ ਵਾ, ਜਾਂ ਸਾਨੂੰ ਕੋਈ ਡੰਗਰ ਮਿਲੇ, ਜਾਂ ਇਹਨੂੰ ਕੋਈ ਸੁਣਵਾਈ ਹੋਵੇ। ਸੁਖਬੀਰ ਜੀ, ਜਿਨ੍ਹਾਂ ਨੇ ਆਪਣਾ ਹੱਡ ਬੀਤੀ ਸੁਣਾਈ ਹੈ ਚੈਨਲ 'ਤੇ ਕਿ ਮੈਂ ਬਹੁਤ ਹੀ ਗਰੀਬ ਹਾਂ ਅਤੇ ਮੇਰੇ ਛੋਟੇ ਛੋਟੇ ਬੱਚੇ ਆ ਅਤੇ ਘਰ ਦੇ ਹਾਲਾਤ ਬਹੁਤ ਹੀ ਆਪਣਾ ਮਾੜੇ ਨੇ, ਅਤੇ ਮੈਂ ਸਰਕਾਰ ਕੋਲੋਂ ਪ੍ਰਸ਼ਾਸਨ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲੇ, ਇਨਸਾਫ ਦੀ ਮੰਗ ਕੀਤੀ ਆ। ਮੈਂ ਸੁਖਵਿੰਦਰ ਸਿੰਘ, ਮੇਰੇ ਨਾਲ ਕੈਮਰਾਮੈਨ ਲਖਵਿੰਦਰ ਬਾਬੂ ਉਠਵਾਲ।